ਇਸ ਅਸਿਕਾਲੀ ਸਾਰਿਆਂ ਨੂੰ ਅ ਇਸ ਵੀਡੀਓ ਦੇ ਵਿੱਚ ਆਪਾਂ ਦੇਖਣ ਜਾ ਰਹੇ ਹਾਂ ਕਿ ਆਪਾਂ ਕਿੱਦਾਂ ਕਿਸੇ ਫਾਈਲ ਨੂੰ ਆਪਣੀ ਪੈਂਡਰਾਈਵ ਦੇ ਵਿੱਚ ਜਾਂ ਫਲੈਸ਼ ਡਰਾਈਵ ਦੇ ਵਿੱਚ ਪਾਉਣਾ ਹੈ ਅਤੇ ਕਿੱਦਾਂ ਆਪਾਂ ਨੇ ਕੋਈ ਡਾਕੂਮੈਂਟ ਕ੍ਰੀਏਟ ਕਰਕੇ ਸੇਵ ਕਰਨਾ ਤੇ ਪ੍ਰਿੰਟ ਕਰਨਾ ਤੇ ਉਸ ਦੀ ਪੀਡੀਐਫ ਫਾਈਲ ਕਿੱਦਾਂ ਬਣਾਉਣੀ ਹੈ ਇਹ ਆਪਣੇ ਕੋਲੇ ਫੋਲਡਰ ਦੇ ਵਿੱਚ ਕੁਝ ਫਾਈਲਾਂ ਹਨ ਠੀਕ ਹੈ ਸਪੋਜ਼ ਆਪਾਂ ਨੇ ਆਪਣਾ ਕੋਈ ਵਰਡ ਡਾਕੂਮੈਂਟ ਬਣਾਉਣਾ ਹੈ ਤਾਂ ਆਪਾਂ ਕੀ ਕਰਾਂਗੇ ਕਿਸੇ ਵੀ ਫੋਲਡਰ ਦੇ ਵਿੱਚ ਆਪਾਂ ਰਾਈਟ ਕਲਿੱਕ ਕਰਾਂਗੇ ਨਿਊ ਦੇ ਨਿਊ ਦੇ ਉੱਤੇ ਜਾਵਾਂਗੇ ਮਾਈਕਰੋਸਾਫਟ ਵਰਡ ਡਾਕੂਮੈਂਟ ਦੇ ਉੱਤੇ ਕਲਿੱਕ ਕਰ ਦੇਵਾਂਗੇ ਥੈਨ ਉਸ ਨੂੰ ਆਪਣਾ ਕੋਈ ਵੀ ਆਪਣਾ ਨਾਮ ਦੇ ਦੇਵਾਂਗੇ ਸਪੋਜ਼ ਆਪਾਂ ਨਾਮ ਦਿੱਤਾ ਡੀਐਮਐਮ ਠੀਕ ਹੈ ਉਸ ਨੂੰ ਆਪਾਂ ਲੈਫਟ ਕਲਿੱਕ ਦੇ ਨਾਲ ਮਾਊਸ ਦੇ ਲੈਫਟ ਕਲਿੱਕ ਦੇ ਨਾਲ ਆਪਾਂ ਓਪਨ ਕਰ ਲੈਣਾ ਤੇ ਇਸ ਦੇ ਵਿੱਚ ਆਪਾਂ ਕੁਝ ਵੀ ਆਪਾਂ ਆਪਣਾ ਜੋ ਮੈਟਰ ਹੈ ਕੁਝ ਡਾਕੂਮੈਂਟ ਦੇ ਵਿੱਚ ਆਪਾਂ ਸੇਵ ਕਰਨੇ ਉਸ ਨੂੰ ਆਪਾਂ ਟਾਈਪ ਕਰ ਸਕਦੇ ਹਾਂ ਸਪੋਜ਼ ਆਪਾਂ ਟਾਈਪ ਕੀਤਾ ਇੱਥੋਂ ਆਪਾਂ ਇਸ ਦੀ ਸਾਈਜ਼ ਵਗੈਰਾ ਵਧਾ ਸਕਦੇ ਹਾਂ ਜੋ ਆਪਣਾ ਫੌਂਟ ਸਾਈਜ਼ ਹੈ ਉਸ ਨੂੰ ਬੋਲਡ ਕਰ ਸਕਦੇ ਹਾਂ ਠੀਕ ਹੈ ਉਸ ਦੇ ਆਪਾਂ ਫੌਂਟ ਚੇਂਜ ਕਰ ਸਕਦੇ ਹਾਂ ਆਪਾਂ ਕੋਈ ਵੀ ਜੋ ਆਪਣਾ ਮੈਟਰ ਆਪਾਂ ਨੇ ਉਸ ਨੂੰ ਇਸ ਦੇ ਵਿੱਚ ਟਾਈਪ ਕਰ ਲੈਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਫਾਈਲ ਦੇ ਵਿੱਚ ਜਾਵਾਂਗੇ ਉਸ ਨੂੰ ਸੇਵ ਕਰ ਲੈਣਾ ਹੈ ਸੇਵ ਕਰਨ ਦੇ ਲਈ ਜਾਂ ਸੇਵ ਕਰਨ ਦੇ ਲਈ ਇੱਕ ਸ਼ਾਰਟਕਟ ਵੀ ਹੈ ਕੰਟਰੋਲ ਐਸ ਠੀਕ ਹੈ ਦੋਨੋਂ ਤਰੀਕਿਆਂ ਨਾਲ ਆਪਾਂ ਸੇਵ ਕਰ ਸਕਦੇ ਹਾਂ ਇਸ ਨੂੰ ਆਪਾਂ ਸੇਵ ਕਰ ਲਵਾਂਗੇ ਦੈਨ ਇਹ ਸੇਵ ਹੋ ਜਾਵੇਗਾ ਜਦੋਂ ਆਪੇ ਇਸ ਨੂੰ ਬੰਦ ਕਰਕੇ ਦੁਬਾਰਾ ਖੋਲ੍ਹਾਂਗੇ ਤਾਂ ਸੇਮ ਜੋ ਆਪਣਾ ਮੈਟਰ ਟਾਈਪ ਕੀਤਾ ਹੈ ਉਸ ਵਿੱਚ ਹੋਵੇਗਾ ਇਸ ਤੋਂ ਬਾਅਦ ਅਗਰ ਆਪਾਂ ਨੇ ਆਪਾਂ ਨੇ ਕੋਈ ਐਮ ਐਸ ਐਕਸਲ ਦੇ ਵਿੱਚ ਵਰਕਸ਼ੀਟ ਤਿਆਰ ਕਰਨੀ ਹੈ ਆਪਾਂ ਕੀ ਕਰਾਂਗੇ ਰਾਈਟ ਕਲਿਕ ਕਰਾਂਗੇ ਨਿਊ ਦੇ ਵਿੱਚ ਜਾਵਾਂਗੇ ਮਾਈਕਰੋਸਾਫਟ ਐਕਸਲ ਵਰਕਸ਼ੀਟ ਦੇ ਉੱਤੇ ਕਲਿੱਕ ਕਰਾਂਗੇ ਉਸ ਨੂੰ ਆਪਾਂ ਕੋਈ ਵੀ ਨਾਮ ਦੇ ਦੇਵਾਂਗੇ ਸਪੋਜ਼ ਆਪਾਂ ਨਾਮ ਦੇ ਦਿੱਤਾ ਡੀਐਮਐਮ1 ਉਸ ਨੂੰ ਆਪਾਂ ਖੋਲ ਲਵਾਂਗੇ ਹੁਣ ਐਕਸਲ ਵਰਕਸ਼ੀਟ ਦੇ ਐ ਐਮਐਸ ਵਰਡ ਦੇ ਵਿੱਚ ਕੀ ਫਰਕ ਹੈ ਇਹ ਜੋ ਐਕਸਲ ਦੀ ਵਰਕਸ਼ੀਟ ਹੁੰਦੀ ਹੈ ਉਸ ਦੇ ਵਿੱਚ ਰੋਜ਼ ਸਪੋ ਇਹ ਇਧਰ ਨੂੰ ਰੋਜ਼ ਲਿਖੀ ਹੋਈ ਨਹੀਂ 1 2 3 4 5 1 2 3 4 5 6 7 8 ਇਹ ਰੋਜ਼ ਹਨ ਤੇ ਏ ਬੀ ਸੀ ਡੀ ਇਹ ਕਾਲਮਸ ਹਨ ਆਪਾਂ ਸਪੋਰ্ট ਕੋਈ ਟੈਬੂਲਰ ਫਾਰਮ ਦੇ ਵਿੱਚ ਕੰਮ ਕਰਨਾ ਹੈ ਆਪਣਾ ਕੋਈ ਵੀ ਡਾਟਾ ਸਾਰਟ ਕਰਨਾ ਹੈ ਤਾਂ ਆਪਾਂ ਇਸ ਇਸ ਨਾਲ ਆਸਾਨੀ ਦੇ ਵਿੱਚ ਕਰ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਇੱਥੇ ਆਪਾਂ ਕੁਝ ਵੀ ਟਾਈਪ ਕਰ ਸਕਦੇ ਹਾਂ ਸੀਰੀਅਲ ਨੰਬਰ ਠੀਕ ਹੈ ਸੀਰੀਅਲ ਨੰਬਰ ਨੇਮ ਰੋਲ ਨੰਬਰ ਇਸ ਤਰ੍ਹਾਂ ਟੈਬੂਲਰ ਫਾਰਮ ਦੇ ਵਿੱਚ ਆਪਾਂ ਆਪਣਾ ਡਾਟਾ ਕਰ ਸਕਦੇ ਹਾਂ ਸੀਰੀਅਲ ਨੰਬਰ 1 ਨੇਮ ਅਜੀਤ ਰੋਲ ਨੰਬਰ 23 ਇਸ ਤਰ੍ਹਾਂ ਆਪਾਂ ਆਪਣਾ ਜੋ ਡਾਟਾ ਹੈ ਉਸ ਨੂੰ ਆਪਾਂ ਇੱਕ ਟੈਬੂਲਰ ਫਾਰਮ ਦੇ ਵਿੱਚ ਟਾਈਪ ਕਰ ਸਕਦੇ ਹਾਂ ਇਸ ਨੂੰ ਵੀ ਸੇਮ ਉਸੇ ਤਰੀਕੇ ਨਾਲ ਸੇਵ ਕਰਨਾ ਹੈ ਜਾਂ ਤਾਂ ਕੰਟਰੋਲ ਪਲੱਸ ਐਸ ਦੇ ਨਾਲ ਜਾਂ ਫਿਰ ਫਾਈਲ ਦੇ ਵਿੱਚ ਜਾ ਕੇ ਸੇਵ ਆਪਾਂ ਨੇ ਕਲਿੱਕ ਕਰ ਦੇਣਾ ਹੈ ਤਾਂ ਇਹ ਸੇਵ ਹੋ ਜਾਵੇਗਾ ਹੁਣ ਅੱਗੇ ਹੈ ਕਿ ਆਪਾਂ ਨੇ ਆਪਸਪੋਤ ਆਪਣੇ ਕੋਲ ਕੋਈ ਵੀ ਫਾਈਲ ਹੈ ਜਦੋਂ ਇਹ ਆਪਣੇ ਕੋਲ ਇੱਕ ਵਰਡ ਫਾਈਲ ਪਹਿਲਾਂ ਬਣੀ ਹੋਈ ਹੈ ਸਪੋਜ਼ ਆਪਾਂ ਇਸ ਨੂੰ ਆਪਾਂ ਵਰਡ ਫਾਈਲ ਨੂੰ ਆਪਾਂ ਖੋਲ ਲੈਨੇ ਆ ਤਾਂ ਇਸ ਨੂੰ ਆਪਾਂ ਨੇ ਇਸ ਵਰਡ ਫਾਈਲ ਨੂੰ ਆਪਾਂ ਨੇ ਪੀਡੀਐਫ ਫਾਰਮ ਦੇ ਵਿੱਚ ਸੇਵ ਕਰਨਾ ਹੈ ਪੀਡੀਐਫ ਫਾਰਮ ਦੇ ਵਿੱਚ ਸੇਵ ਕਰਨ ਨਾਲ ਕੀ ਹੋ ਜਾਏਗਾ ਤੇ ਕਿ ਆਪਾਂ ਇਸ ਨੂੰ ਅ ਇੱਕ ਇੱਕ ਹੋਰ ਕਿਸੇ ਹੋਰ ਪੀਸੀਜ਼ ਉੱਤੇ ਜਾ ਕੇ ਪ੍ਰਿੰਟ ਕਰਨ ਤਾਂ ਇਸ ਨਾਲ ਆਸਾਨ ਨਹੀਂ ਰਹੇਗੀ ਫਾਈਲ ਦੇ ਵਿੱਚ ਜਾਣਾ ਹੈ ਸੇਵ ਐਸ ਤੇ ਕਲਿੱਕ ਕਰਨਾ ਹੈ ਸੇਵ ਐਸ ਤੇ ਕਲਿੱਕ ਕਰਕੇ ਆਪਾਂ ਨੇ ਕੀ ਕਰਨਾ ਹੈ ਜਿੱਥੇ ਇਹਨੂੰ ਸੇਵ ਕਰਨਾ ਹੈ ਇਸਨੂੰ ਉਸ ਨੂੰ ਆਪਾਂ ਨੇ ਬ੍ਰਾਊਜ਼ ਕਰਨਾ ਹੈ ਸਪੋਜ਼ ਆਪਾਂ ਨੇ ਸੇਮ ਫੋਲਡਰ ਦੇ ਵਿੱਚ ਇਸ ਨੂੰ ਸੇਵ ਕਰਨਾ ਹੈ ਤਾਂ ਸੇਵ ਐਸ ਟਾਈਪ ਇੱਥੇ ਲਿਖਿਆ ਹੈਗਾ ਸੇਵ ਐਸ ਟਾਈਪ ਸੇਵ ਐਸ ਟਾਈਪ ਦੇ ਵਿੱਚ ਆਪਾਂ ਪਹਿਲਾਂ ਵਰਡ ਡਾਕੂਮੈਂਟ ਸੀ ਤਾਂ ਹੁਣ ਆਪਾਂ ਇਸ ਨੂੰ ਪੀਡੀਐਫ ਦੇ ਤੌਰ ਤੇ ਸੇਵ ਕਰ ਲੈਣਾ ਪੀਡੀਐਫ ਦੇ ਤੌਰ ਤੇ ਜਦੋਂ ਆਪਾਂ ਸੇਵ ਕਰਾਂਗੇ ਤਾਂ ਇਸ ਦਾ ਨਾਮ ਮੰਨੇਗਾ ਨਾਮ ਮੰਗੇਗਾ ਇੱਥੇ ਕੋਈ ਵੀ ਇਸ ਨੂੰ ਨਾਮ ਦੇ ਦੇਣਾ ਸੇਮ ਹੀ ਰਹਿਣ ਦਿਓ ਜਾਂ ਕੁਝ ਵੀ ਹੋਰ ਨਾਮ ਦੇ ਦਿਓ ਐਨ ਐ ਨੀ ਸੈਂਸਰ ਆਪਾਂ 1 ਦੇ ਦਿੰਨੇ ਆ ਇਸ ਨੂੰ ਸੇਵ ਕਰ ਦੇਣਾ ਜਦੋਂ ਆਪਾਂ ਇਸ ਨੂੰ ਸੇਵ ਕਰਾਂਗੇ ਤਾਂ ਸੇਮ ਡਾਕੂਮੈਂਟ ਜੋ ਹੈ ਆਪਣਾ ਉਹ ਪੀਡੀਐਫ ਫਾਰਮ ਦੇ ਵਿੱਚ ਇਹ ਦੇਖੋ ਇਹ ਪੀਡੀਐਫ ਫਾਰਮ ਦੇ ਵਿੱਚ ਸੇਵ ਹੋ ਗਿਆ ਹੈ ਇਸ ਨੂੰ ਆਪਾਂ ਫਾਈਲ ਮੀਨੂ ਦੇ ਵਿੱਚ ਜਾ ਕੇ ਇਸ ਨੂੰ ਆਪਾਂ ਪ੍ਰਿੰਟ ਦੀ ਕਮਾਂਡ ਦੇ ਸਕਦੇ ਹਾਂ ਜਾਂ ਫਿਰ ਆਪਾਂ ਪ੍ਰਿੰਟ ਦੀ ਕਮਾਂਡ ਇੱਥੋਂ ਫਾਈਲ ਮੀਨੂ ਜਾ ਕੇ ਪ੍ਰਿੰਟ ਜਾਂ ਕੰਟਰੋਲ ਪਲੱਸ ਪੀ ਪ੍ਰਿੰਟ ਆਪਾਂ ਫਾਈਲ ਮੀਨੂ ਜਾ ਕੇ ਦੇ ਸਕਦੇ ਹਾਂ ਜਾਂ ਕੰਟਰੋਲ ਪਲੱਸ ਪੀ ਠੀਕ ਹੈ ਜੀ ਇੱਥੋਂ ਇਹ ਆਪਣਾ ਆਪਾਂ ਇਸ ਨੂੰ ਪ੍ਰਿੰਟ ਦੀ ਕਮਾਂਡ ਦੇ ਸਕਦੇ ਹਾਂ ਸੇਮ ਆਪਾਂ ਇਸੇ ਤਰੀਕੇ ਦੇ ਨਾਲ ਜੋ ਆਪਣਾ ਵਰਲਡ ਆਪਣੇ ਐਮ ਐਸ ਵਰਕਸ਼ੀਟ ਹੈ ਉਸ ਨੂੰ ਵੀ ਆਪਾਂ ਸੋਧੇ ਆਪਣੇ ਕੋਲ ਇੱਕ ਐਕਸਲ ਫਾਈਲ ਹੈ ਸੇਮ ਇਸੇ ਤਰੀਕੇ ਦੇ ਨਾਲ ਆਪਾਂ ਇਸ ਫਾਈਲ ਨੂੰ ਵੀ ਆਪਾਂ ਆਪਣੀ ਪੀਡੀਐਫ ਦੇ ਤੌਰ ਤੇ ਸੇਵ ਕਰ ਸਕਦੇ ਹਾਂ ਫਾਈਲ 'ਚ ਜਾਵਾਂਗੇ ਸੇਵ ਐਸ ਤੇ ਕਲਿੱਕ ਕਰਾਂਗੇ ਬ੍ਰਾਊਜ਼ ਤੇ ਕਲਿੱਕ ਕਰਾਂਗੇ ਕਿ ਕਿਸ ਫੋਲਡਰ ਵਿੱਚ ਸੇਵ ਕਰਨੀ ਹੈ ਠੀਕ ਹੈ ਸੇਵ ਆਪਣੇ ਫੋਲਡਰ ਸੇਵ ਕਰਨੀ ਹੈ ਉਸ ਨੂੰ ਬੰਦ ਦੇ ਦੇਵਾਂਗੇ ਇੱਥੇ ਸੇਵ ਐਸ ਟਾਈਪ ਦੇ ਵਿੱਚ ਐਕਸਲ ਵਰਕਬੁੱਕ ਹੋਏਗਾ ਤਾਂ ਆਪਾਂ ਨੇ ਉਸ ਨੂੰ ਚੇਂਜ ਕਰਕੇ ਪੀਡੀਐਫ ਕਰ ਦੇਣਾ ਹੈ ਪੀਡੀਐਫ ਕਰਦ ਕੇ ਆਪਾਂ ਉਸ ਨੂੰ ਸੇਵ ਕਰ ਦੇਣਾ ਹੈ ਤਾਂ ਇਹ ਦੇਖੋ ਇੱਕ ਪੀਡੀਐਫ ਦੇ ਤੌਰ ਤੇ ਸੇਵ ਹੋ ਗਈ ਹੈ ਪੀਡੀਐਫ ਦਾ ਮਤਲਬ ਕੀ ਹੁੰਦਾ ਹੈ ਪੀਡੀਐਫ ਦਾ ਮਤਲਬ ਹੁੰਦਾ ਹੈ ਕਿ ਆਪਾਂ ਜੋ ਪੀਡੀਐਫ ਫਾਈਲ ਹੈ ਉਸ ਨਾਲ ਆਪਾਂ ਕੋਈ ਛੇੜਛਾੜ ਨਹੀਂ ਕਰ ਸਕਦੇ ਐਕਸਲ ਅਤੇ ਵਰਡ ਦੇ ਵਿੱਚ ਜੋ ਵਿੱਚ ਜੋ ਫਾਈਲ ਹਨ ਉਸ ਨੂੰ ਆਪਾਂ ਕਿਸੇ ਵੀ ਸਮੇਂ ਆਪਾਂ ਚੇਂਜ ਕਰ ਸਕਦੇ ਹਾਂ ਪੀਡੀਐਫ ਦਾ ਮਤਲਬ ਹੁੰਦਾ ਹੈ ਪੋਰਟੇਬਲ ਡਾਕੂਮੈਂਟ ਫਾਰਮੈਟ ਠੀਕ ਹੈ ਜੀ ਪੋਰਟੇਬਲ ਡਾਕੂਮੈਂਟ ਫਾਰਮੈਟ ਠੀਕ ਹੈ ਸਪੋਜ਼ ਆਪਾਂ ਨੇ ਸਿੱਧਾ ਹੀ ਪ੍ਰਿੰਟ ਕਰਨਾ ਹੈ ਐਕਸਲ ਦੇ ਵਿੱਚੋਂ ਜਾਂ ਵਰਡ ਦੇ ਵਿੱਚੋਂ ਤਾਂ ਆਪਾਂ ਕਿੱਦਾਂ ਕਰਾਂਗੇ ਆਪਾਂ ਕੋਈ ਵੀ ਐਕਸਲ ਫਾਈਲ ਖੋਲ ਲਵਾਂਗੇ ਜਾਂ ਵਰਡ ਫਾਈਲ ਖੋਲ ਲਵਾਂਗੇ ਕੰਟਰੋਲ ਪੀ ਜਾਂ ਇੱਥੇ ਫਾਈਲ ਦੇ ਵਿੱਚ ਜਾ ਕੇ ਪ੍ਰਿੰਟ ਦੀ ਕਮਾਂਡ ਦੇ ਦੇਣੀ ਹੈ ਠੀਕ ਆ ਤੇ ਇੱਥੇ ਆਪਣੇ ਕੋਲ ਆਪਸ਼ਨਸ ਆਉਣਗੀਆਂ A4 ਪੇਪਰ ਦਾ ਸਾਈਜ਼ ਮਾਰਜਨ ਸਿਲੈਕਟ ਕਰਨ ਦੀ ਓਰੀਐਂਟੇਸ਼ਨ ਕੀ ਰੱਖਣੀ ਹੈ ਪੋਰਟਰੇਟ ਜਾਂ ਲੈਂਡਸਕੇਪ ਰੱਖਣੀ ਹੈ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਇੱਥੇ ਇਸ ਨੂੰ ਪ੍ਰਿੰਟ ਕਰ ਦੇਣਾ ਹੈ ਇਸ ਤਰ੍ਹਾਂ ਇਹ ਡਾਕੂਮੈਂਟ ਪ੍ਰਿੰਟ ਹੋ ਜਾਏਗਾ ਠੀਕ ਹੈ ਜੀ ਥੈਂਕ ਯੂ